ਹੁੰਦਾ ਹੈ ਈਓਆਈ ਪਾਉਣਾ ਤੇ ਫਿਰ ਵਿਕਟੋਰੀਆ ਸਟੇਟ ਦੇ ਵਾਸਤੇ ਆਰਓਆਈ ਜਿਹਨੂੰ ਕਿ ਆਪਾਂ ਬੋਲਦੇ ਹਾਂ ਰਜਿਸਟ੍ਰੇਸ਼ਨ ਆਫ ਇੰਟਰਸਟ ਪਾਉਣਾ। ਠੀਕ ਹੈ, ਉਹਦੀ ਜਿਹੜੀ ਰਜਿਸਟ੍ਰੇਸ਼ਨ ਆਫ ਇੰਟਰਸਟ ਪਾਉਣ ਦੀ ਲਾਸਟ ਡੇਟ ਆ ਉਹ ਸਾਡੀ ਹੈਗੀ ਆ 5th of May 2023। ਸੋ ਤੁਸੀਂ ਕੈਲਕੂਲੇਟ ਕਰਕੇ ਦੇਖ ਲਓ ਕਿ ਅੱਜ ਮੇਰੇ ਖਿਆਲ 27 ਤੇ ਕਿੰਨੇ ਕੁ ਦਿਨ ਰਹਿ ਗਏ ਹੋਗੇ। ਹਾਰਡਲੀ ਸਾਡੇ ਕੋਲ ਸਿਰਫ ਇੱਕ ਵੀਕ ਦਾ ਟਾਈਮ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਈਓਆਈ ਆ ਜਾਂ ਆਰਓਆਈ ਆ ਅਸੀਂ ਉਸ ਤੋਂ ਬਾਅਦ ਨਹੀਂ ਪਾ ਸਕਦੇ। ਤੇ ਜੇਕਰ ਅਸੀਂ ਈਓਆਈ ਜਾਂ ਆਰਓਆਈ ਨਹੀਂ ਪਾਉਂਦੇ, ਠੀਕ ਹੈ, ਤੇ ਪ੍ਰੋਬਲਮ ਹੋ ਜਾਂਦੀ ਹੈ ਕਿ ਅਸੀਂ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਸ਼ਿਫਟ ਹੋ ਜਾਂਦੇ, ਜਿਹੜਾ ਕਿ ਸਾਨੂੰ ਆਟੋਮੈਟਿਕਲੀ ਪਿਛਾਂ ਕਰ ਦਿੰਦਾ। ਔਰ ਦੂਸਰੀ ਵੱਡੀ ਗੱਲ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਈਓਆਈ ਤੇ ਆਰਓਆਈ ਬੜਾ ਕ੍ਰਿਟੀਕਲ ਸਟੈਪ ਹੈ। ਇਹਦੇ ਵਿੱਚ ਹੀ ਤੁਹਾਨੂੰ ਬਹੁਤ ਜ਼ਿਆਦਾ ਡਿਲੀਜੈਂਸ ਦੇ ਨਾਲ ਚੱਲਣਾ ਪੈਂਦਾ, ਬਹੁਤ ਜ਼ਿਆਦਾ ਕੇਅਰਫੁਲਨੈਸ ਦੇ ਨਾਲ ਚੱਲਣਾ ਪੈਂਦਾ। ਮੀਨਸ ਯੂ ਹੈਵ ਟੂ ਟੇਕ ਐਕਸਟਰਾ ਕੇਅਰ ਕਿ ਕੋਈ ਗਲਤੀ ਨਾ ਹੋ ਜਾਵੇ। ਇੱਕ ਵਾਰ ਤੁਹਾਡਾ ਨੋਮੀਨੇਸ਼ਨ ਰਿਫਿਊਜ਼ ਹੋ ਗਿਆ ਤਾਂ ਤੁਸੀਂ 6 ਮਹੀਨੇ ਦੇ ਵਾਸਤੇ ਬੈਨ ਹੋ ਜਾਂਦੇ ਹੋ।